ਇਹ ਪਰਮਾਣੂ ਦਾ ਪ੍ਰਬੰਧ ਸਮਝਾਉਣ ਲਈ ਸਧਾਰਨ ਜਿਹਾ ਮਾਡਲ ਹੈ। ਇਸ ਲਈ ਪੁਰਾਣੀ ਸੀਡੀ ਦੇ ਢੱਕਣ ਦੀ ਲੋੜ ਹੈ। ਪਹਿਲਾਂ ਸੀਡੀ ਦੇ ਢੱਕਣ ਨੂੰ ਖੋਲ੍ਹੋ। ਉਸ ਵਿੱਚ ਜਿਹੜੀ ਸੀਡੀ ਹੈ ਅਤੇ ਉਸਦੀ ਕਾਲੀ ਪਲੇਟ ਹੈ ਉਸਨੂੰ ਬਾਹਰ ਕੱਢੋ। ਹੁਣ ਉਸ ਢੱਕਣ ਵਿੱਚੋਂ ਪੁਰਾਣੀ ਸਾਈਕਲ ਵਿੱਚ ਵਰਤੋਂ ਕੀਤੀ ਹੋਈ ਛੋਟੀਆਂ ਲੋਹੇ ਦੀਆਂ ਗੇਂਦਾਂ ਭਰ ਦਿਓ। ਹੁਣ ਇਸ ਢੱਕਣ ਨੂੰ ਬੰਦ ਕਰ ਦਿਓ ਅਤੇ ਚਾਰੇ ਪਾਸਿਆਂ ਤੋਂ ਟੇਪ ਲਾਓ ਤਾਂ ਜੋ ਇਸ ਵਿੱਚ ਜਿਹੜੀਆਂ ਗੇਂਦਾਂ ਭਰੀਆਂ ਹਨ ਉਹ ਬਾਹਰ ਨਾ ਡਿੱਗਣ। ਹੁਣ ਤੁਸੀਂ ਇਸ ਮਾਡਲ ਨਾਲ ਖੇਡ ਸਕਦੇ ਹੋ। ਇਸ ਢੱਕਣ ਨੂੰ ਘੁਮਾਓ। ਜਦੋਂ ਤੁਸੀਂ ਇਸ ਨੂੰ ਘੁਮਾਓਗੇ ਤਾਂ ਇਸ ਵਿੱਚ ਜਿਹੜੀਆਂ ਗੇਂਦਾਂ ਹਨ ਉਹਨਾਂ ਨੂੰ ਅਲੱਗ ਅਲੱਗ ਆਕਾਰ ਬਣਾਉਂਦੇ ਹੋਏ ਵੇਖਿਆ ਜਾ ਸਕਦਾ ਹੈ। ਜਿੰਨੀ ਵਾਰੀ ਤੁਸੀਂ ਇਸ ਨੂੰ ਘੁਮਾਓਗੇ ਓਨੀ ਵਾਰੀ ਅਲੱਗ ਅਲੱਗ ਆਕਾਰ ਬਣਨਗੇ। ਇਹ ਪਰਮਾਣੂ ਦਾ ਪ੍ਰਬੰਧ ਵੇਖਣ ਲਈ ਬਹੁਤ ਸਸਤਾ ਅਤੇ ਆਸਾਨ ਮਾਡਲ ਹੈ। ਇਸ ਤਰ੍ਹਾਂ ਤੁਸੀਂ ਵਾਰ ਵਾਰ ਘੁਮਾ ਕੇ ਅਲੱਗ ਅਲੱਗ ਆਕਾਰ ਵੇਖ ਸਕਦੇ ਹੋ।